ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰਾਂਗੇ ਕੈਨੇਡਾ ਅਮਰੀਕਾ ਬਾਰਡਰ ਦੀ। ਕੈਨੇਡਾ ਅਮਰੀਕਾ ਬਾਰਡਰ ਜਿਹੜਾ ਕਿ ਲੰਮੇ ਸਮੇਂ ਤੋਂ ਬੰਦ ਆ, ਉਹਦੀ ਮਿਆਦ ਅਮਰੀਕਾ ਵਾਲੇ ਪਾਸਿਓਂ ਹੋਰ ਵਧਾ ਦਿੱਤੀ ਗਈ ਆ। ਕੈਨੇਡਾ ਨੇ ਪਾਬੰਦੀਆਂ ਚੱਕੀਆਂ ਹੋਈਆਂ ਆ। ਅਮਰੀਕਾ ਵਾਲੇ ਪਾਸਿਓਂ ਕੋਈ ਵੀ ਬੰਦਾ ਜਿਹਦੇ ਕਿ ਦੋਵੇਂ ਟੀਕੇ ਲੱਗੇ ਹੋਏ ਆ, ਫੁੱਲੀ ਵੈਕਸੀਨੇਟਡ ਆ, ਉਹ ਕੈਨੇਡਾ ਆ ਸਕਦਾ ਆ। ਪਰ ਕੈਨੇਡਾ ਵਾਲੇ ਅਮਰੀਕਾ ਜਿਹੜੇ ਆ ਉਹ ਨਹੀਂ ਜਾ ਸਕਦੇ। ਇਹ ਪਾਬੰਦੀਆਂ ਦੀ ਮਿਆਦ ਜਿਹੜੀ ਆ ਉਹਨੂੰ 21 ਅਕਤੂਬਰ ਤੱਕ ਹੋਰ ਵਧਾ ਦਿੱਤੀ ਗਈ ਆ। ਵੈਸੇ ਅੱਜ ਵਾਈਟ ਹਾਊਸ ਵੱਲੋਂ ਉੱਤੇ ਇੱਕ ਬਿਆਨ 'ਚ ਇਹ ਗੱਲ ਕਹੀ ਗਈ ਆ ਕਿ ਨਵੰਬਰ ਦੇ ਸ਼ੁਰੂਆਤ ਦੇ ਵਿੱਚ ਉਹ ਹੋਰਨਾਂ ਮੁਲਕਾਂ ਦੇ ਵਾਸਤੇ ਆਪਣਾ ਹਵਾਈ ਸਫ਼ਰ ਜਿਹੜਾ ਆ ਖੋਲ੍ਹ ਸਕਦੇ ਆ। ਵੈਸੇ ਕੈਨੇਡਾ ਦੇ ਵਾਸਤੇ ਹਵਾਈ ਸਫ਼ਰ ਜਿਹੜਾ ਹੁਣ ਵੀ ਅਮਰੀਕਾ ਦੇ ਵਿੱਚ ਖੁੱਲ੍ਹਾ ਆ, ਤੁਸੀਂ ਬਾਰਡਰ ਟੱਪ ਕੇ ਆਪਣੀ ਗੱਡੀ ਦੇ ਵਿੱਚ ਨਹੀਂ ਜਾ ਸਕਦੇ, ਪਰ ਹਵਾਈ ਜਹਾਜ਼ ਦੇ ਰਾਹੀਂ ਅਮਰੀਕਾ ਜਿਹੜਾ ਹੈ ਤੁਸੀਂ ਜਾ ਸਕਦੇ ਆ। ਸੋ ਹੁਣ ਜਿਹੜਾ ਅਮਰੀਕਾ ਦਾ ਕਹਿਣਾ ਹੈ ਕਿ ਉਹ ਇੰਗਲੈਂਡ, ਭਾਰਤ, ਚੀਨ ਅਤੇ ਹੋਰ ਮੁਲਕਾਂ ਦੇ ਵਾਸਤੇ ਨਵੰਬਰ ਦੀ ਸ਼ੁਰੂਆਤ ਤੋਂ ਫਲਾਈਟਾਂ ਖੋਲ੍ਹਣ ਜਾ ਰਹੇ ਆ, ਉਹਨਾਂ ਲੋਕਾਂ ਵਾਸਤੇ ਜਿਹੜੇ ਕਿ ਫੁੱਲੀ ਵੈਕਸੀਨੇਟਡ ਨੇ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।